ਸਮਾਰਟ ਸਕੂਲ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਅਜੇ ਤੱਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਤੱਕ ਮੁਹੱਈਆ ਨਹੀਂ ਕਰਵਾ ਪਾਈ। ਠੰਡ ਲੰਘਣ ਨੂੰ ਹੈ ਪਰ ਸਰਕਾਰ ਅਜੇ ਵੀ ਕਹਿ ਰਹੀ ਹੈ ਕਿ ਇੱਕ ਮਹੀਨਾ ਵਰਦੀਆਂ ਮੁਹੱਈਆ ਕਰਵਾਉਣ 'ਚ ਹੋਰ ਲੱਗ ਸਕਦਾ ਹੈ। ਇਹਨਾਂ ਦਾਅਵਿਆਂ ਤੋਂ ਪਰੇ ਤੁਹਾਨੂੰ ਅੱਜ ਪੰਜਾਬ ਦਾ ਇੱਕ ਅਜਿਹਾ ਸਮਾਰਟ ਸਕੂਲ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਸਰਕਾਰ ਨੇ ਨਹੀਂ ਬਲਕਿ ਵਾਤਾਵਰਨ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਦੇ ਵੱਲੋਂ ਤਿਆਰ ਕਰਵਾਇਆ ਗਿਆ। ਖਾਸ ਗੱਲ ਇਹ ਹੈ ਕਿ ਸਕੂਲ ਦੇ ਵਿੱਚ ਹਰ ਰੋਜ਼ ਪੜ੍ਹਾਈ ਦੀ ਸ਼ੁਰੂਆਤ ਊੜੇ ਤੋਂ ਨਹੀਂ ਬਲਕਿ ਇਹ ਕਿਉਂ ਕਾਰ ਤੋਂ ਹੁੰਦੀ ਹੈ। ਤੁਸੀਂ ਵੀ ਦੇਖੋ ਸਾਡੀ ਆਈ ਦੀ ਇਹ ਖਾਸ ਰਿਪੋਰਟ। ਕਿਵੇਂ ਦਾ ਲੱਗਦਾ ਇੱਥੇ ਬੈਠ ਕੇ ਸਕਰੀਨ ਤੇ ਪੜ੍ਹ ਕੇ ਕੰਪਿਊਟਰ ਤੇ ਉੱਤੇ? ਵਧੀਆ ਲੱਗਦਾ ਹੈ ਕਿ ਕਾਪੀ ਕਿਤਾਬਾਂ ਵਾਲਾ ਸਹੀ ਕੰਮ? ਕਾਪੀ ਕਿਤਾਬਾਂ ਵਾਲਾ ਵੀ ਤਾਂ ਵੀ ਦੋਵੇਂ ਠੀਕ ਲੱਗਦੇ ਆ। ਖਾਸ ਇਹ ਹੈ ਕਿ ਸਾਡਾ ਆਮ ਸਕੂਲ ਊੜੇ ਤੋਂ ਸ਼ੁਰੂ ਹੁੰਦੇ ਆ, ਸਾਡਾ ਏਕੇ ਤੋਂ ਸ਼ੁਰੂ ਹੁੰਦਾ। ਗੁਰਬਾਣੀ ਅਸੀਂ ਪਹਿਲਾਂ ਪੜ੍ਹਾਉਂਦੇ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ, ਗੁਰਬਾਣੀ ਤੋਂ ਸ਼ੁਰੂ ਹੁੰਦਾ। ਨਿੱਜੀ ਅੰਗਰੇਜ਼ੀ ਸਕੂਲਾਂ ਦੇ ਹਾਣੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਸਮਾਰਟ ਕਲਾਸਾਂ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੰਪਿਊਟਰ ਲੈਬ, ਰੰਗ ਬਿਰੰਗੇ ਝੂਲੇ ਤੇ ਖੁੱਲ੍ਹਾ ਖੇਡ ਮੈਦਾਨ। ਇਹ ਤਸਵੀਰਾਂ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਿਸੇ ਸਰਕਾਰੀ ਸਮਾਰਟ ਸਕੂਲ ਦੀਆਂ ਨਹੀਂ ਬਲਕਿ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਸਮਾਰਟ ਸਕੂਲ ਦੀਆਂ ਨੇ, ਜਿੱਥੇ ਹਰ ਰੋਜ਼ ਪੜ੍ਹਾਈ ਦੀ ਸ਼ੁਰੂਆਤ ਊੜੇ ਤੋਂ ਨਹੀਂ ਬਲਕਿ ਇੱਕ ਓਂਕਾਰ ਤੋਂ ਹੁੰਦੀ ਹੈ। ਖਾਬਾਂ ਤੇ ਖਿਆਲਾਂ ਨੂੰ ਅੱਖਰਾਂ ਵਿੱਚ ਅਗਾਉਂਦੀਆਂ, ਅੰਤ ਤੀਕ ਕਿਤਾਬਾਂ ਹੀ ਸਾਥ ਨਿਭਾਉਂਦੀਆਂ। ਇਸ ਵੇਲੇ ਅਸੀਂ ਜਲੰਧਰ ਦੇ ਪਿੰਡ ਸੀਚੇਵਾਲ ਦੇ ਵਿੱਚ ਖੜ੍ਹੇ ਹਾਂ ਜਿੱਥੇ ਕਿ ਇੱਕ ਸਮਾਰਟ ਸਕੂਲ ਬਣਿਆ ਆ। ਜਿਹੜੇ ਬੱਚੇ ਗਰੀਬ ਨੇ ਉਹ ਬੱਚੇ ਇਸ ਸਕੂਲ ਦੇ ਵਿੱਚ ਫ੍ਰੀ ਪੜ੍ਹ ਸਕਦੇ ਨੇ, ਜਿਹੜੇ ਮਾੜਾ ਮੋਟਾ ਪੈਸੇ ਦੇ ਸਕਦੇ ਨੇ ਤਾਂ ਉਹ ਥੋੜ੍ਹੇ ਬਹੁਤੇ ਪੈਸੇ ਵੀ ਦੇ ਕੇ ਆਪਣੀ ਸੇਵਾ ਜਿਹੜੀ ਹੈ ਇਸ ਸਕੂਲ ਦੇ ਵਿੱਚ ਪਾ ਸਕਦੇ ਨੇ। ਇਹ ਸਕੂਲ ਜਿਹੜਾ ਆ ਨਿੱਜੀ ਸਕੂਲਾਂ ਨਾਲੋਂ ਘੱਟ ਨਹੀਂ ਹੈ, ਕਿਉਂਕਿ ਇਹਨਾਂ ਇਸ ਸਕੂਲ ਦੇ ਵਿੱਚ ਉਹ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਕਿ ਨਿੱਜੀ ਸਕੂਲਾਂ ਦੇ ਵਿੱਚ ਪੈਸਿਆਂ ਦੇ ਗੱਫੇ ਲੈ ਕੇ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਦੇਖਾਂਗੇ ਇਸ ਸਕੂਲ ਦੇ ਅੰਦਰ ਜਾ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ, ਬੱਚੇ ਕਿਸ ਤਰ੍ਹਾਂ ਪੜ੍ਹ ਰਹੇ ਨੇ, ਕਿਉਂਕਿ ਕਿਹਾ ਜਾ ਰਿਹਾ ਕਿ ਇਸ ਸਕੂਲ ਦੇ ਅੰਦਰ ਕੰਪਿਊਟਰ ਰਾਹੀਂ ਸਕਰੀਨਾਂ ਲੱਗੀਆਂ ਨੇ ਕਲਾਸਾਂ ਦੇ ਵਿੱਚ, ਅਤੇ ਉਹਨਾਂ ਬੱਚਿਆਂ ਨੂੰ ਉਹਨਾਂ ਸਕਰੀਨਾਂ ਦੇ ਰਾਹੀਂ ਹੀ ਪੜ੍ਹਾਇਆ ਜਾਂਦਾ ਹੈ। ਸੋ ਚੱਲਦੇ ਹਾਂ ਅੰਦਰ, ਮਾਰਦੇ ਹਾਂ ਝਾਤ। ਬੱਚਿਆਂ ਦਾ ਸੁਪਨਾ ਪੂਰਾ ਕਰਨ ਵਾਲਿਆਂ ਨਾਲ ਵੀ ਤੁਹਾਨੂੰ ਮਿਲਾਵਾਂਗੇ, ਪਰ ਉਸ ਤੋਂ ਪਹਿਲਾਂ ਸਮਾਰਟ ਕਲਾਸਾਂ ਦੇ ਵਿੱਚ ਬੈਠੇ ਅੰਗਰੇਜ਼ੀ ਸਕੂਲ ਵਾਂਗ ਐਲਈਡੀ ਤੇ ਪੜ੍ਹਾਈ ਕਰਨ ਵਾਲੇ ਇਹਨਾਂ ਨੰਨੇ ਬੱਚਿਆਂ ਦੀ ਖੁਸ਼ੀ ਵੇਖ ਲਓ। ਸਕੂਲਾਂ ਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਹੈ, ਪਰ ਅੱਜ ਕੱਲ੍ਹ ਬਹੁਤੇ ਸਕੂਲ ਜਿਹੜੇ ਹੈ ਸਿਰਫ ਵਪਾਰ ਬਣ ਕੇ ਰਹਿ ਚੁੱਕੇ ਆ। ਅਸੀਂ ਇਸ ਵੇਲੇ ਪਿੰਡ ਸੀਚੇਵਾਲ ਦੇ ਸਮਾਰਟ ਸਕੂਲ ਦੇ ਵਿੱਚ ਖੜ੍ਹੇ ਹਾਂ ਜਿਹੜੀ ਕਿ ਨਰਸਰੀ ਦੀ ਕਲਾਸ ਲੱਗੀ ਹੋਈ ਆ, ਅਤੇ ਇੱਕ ਵੱਖਰੀ ਕਿਸਮ ਦੇ ਨਾਲ ਇਹਨਾਂ ਬੱਚਿਆਂ ਨੂੰ ABC 1 2 3 ਕਾ ਖਾ ਸਾਰੇ ਸਬਜੈਕਟ ਜਿਹੜੇ ਆ ਪੜ੍ਹਾਏ ਜਾ ਰਹੇ ਆ। ਬੱਚੇ ਆ ਸਾਡੇ ਨਾਲ, ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ, ਕਿਉਂਕਿ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਕਲਾਸਾਂ ਹੋਣੀਆਂ, ਸਮਾਰਟ ਸਕੂਲ ਹੋਣੇ ਇੱਕ ਆਪਣੇ ਆਪ ਦੇ ਵਿੱਚ ਉਪਲਬਧੀ ਵਾਲੀ ਗੱਲ ਹੈ, ਅਤੇ ਸੀਚੇਵਾਲ ਦੇ ਵਿੱਚ ਸਮਾਰਟ ਸਕੂਲ ਖੁੱਲ੍ਹਿਆ। ਸਰਕਾਰੀ ਸਕੂਲ ਵੀ ਹਾਲੇ ਜਿਹੜੇ ਆ ਦਾਅਵੇ ਕੀਤੇ ਜਾਂਦੇ ਆ ਕਿ ਵਧੀਆ ਵਧੀਆ ਹੈਗੇ ਆ, ਪਰ ਉਹ ਵੀ ਅਜਿਹੇ ਸਕੂਲ ਨਹੀਂ ਆ। ਬੱਚਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਮ ਆ ਤੁਹਾਡਾ? ਹਰਸ਼ਵੀਰ। ਅੱਛਾ ਹਰਸ਼ਵੀਰ, ਕੀ ਪੜ੍ਹਦੇ ਹੋ? ਊੜਾ ਜਿਹੜਾ ਪੜ੍ਹਿਆ ਇੱਥੇ, ਕੀ ਆਉਂਦਾ? ਊੜਾ ਜਿਹੜਾ ਈੜੀ ਸੱਸਾ। ਅੱਛਾ, ਤੁਹਾਡਾ ਕੀ ਨਾਮ ਆ? ਸ਼ਿਮਲਾ ਦੀਪਤਾ। ਅੱਛਾ, ਅਤੇ ਕੀ ਆਉਂਦਾ ਤੁਹਾਨੂੰ? 1 2 3 ਆਉਂਦਾ? ਬੋਲ ਕੇ ਦਿਖਾ ਦਿਓ। ਹਾਂ, ਇਹ ਬੱਚੇ ਕੁਝ ਬੋਲਣ ਤੋਂ, ਕੀ ਨਾਮ ਆ ਤੁਹਾਡਾ? ਪ੍ਰਿੰਸ। ਤੁਹਾਨੂੰ ਕੀ ਆਉਂਦਾ? ਜੀ ਊੜਾੜਾ। ਅੱਛਾ, ਤੇ ਕਿਵੇਂ ਦਾ ਲੱਗਦਾ ਇੱਥੇ ਬੈਠ ਕੇ ਸਕਰੀਨ ਤੇ ਪੜ੍ਹ ਕੇ ਕੰਪਿਊਟਰ ਤੇ ਉੱਤੇ? ਵਧੀਆ ਲੱਗਦਾ ਕਿ ਕਾਪੀ ਕਿਤਾਬਾਂ ਵਾਲਾ ਸਹੀ ਕੰਮ? ਕਾਪੀ ਕਿਤਾਬਾਂ ਵਾਲਾ ਵੀ ਤਾਂ ਵੀ। ਦੋਵੇਂ ਠੀਕ ਲੱਗਦੇ ਆ। ਤੁਹਾਡਾ ਕੀ ਨਾਮ ਆ? ਗਨੂਰ। ਤੇ ਤੁਹਾਨੂੰ ਵਧੀਆ ਲੱਗਦਾ ਇੱਦਾਂ ਪੜ੍ਹ ਕੇ? ਹਾਂਜੀ। ਨਰਸਰੀ ਤੋਂ ਲੈ ਕੇ 12ਵੀਂ ਤੱਕ ਤਿਆਰ ਕੀਤੇ ਗਏ ਇਸ ਸਮਾਰਟ ਸਕੂਲ ਦੇ ਵਿੱਚ ਮੌਜੂਦਾ ਸਮੇਂ ਦੀ ਸਭ ਤੋਂ ਵੱਧ ਜ਼ਰੂਰੀ ਮੰਨੀ ਜਾਂਦੀ ਕੰਪਿਊਟਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਸਕੂਲ ਦੇ ਵਿੱਚ ਆਰਟਸ ਅਤੇ ਕਮਰਸ ਗਰੁੱਪ ਚਲਾਏ ਜਾ ਰਹੇ ਨੇ, ਜਦਕਿ ਇਲਾਕੇ ਦੀ ਮੰਗ ਨੂੰ ਵੇਖਦੇ ਹੋਏ ਜਲਦ ਹੀ ਸਾਇੰਸ ਗਰੁੱਪ ਵੀ ਸ਼ੁਰੂ ਕਰਨ ਬਾਰੇ ਤਿਆਰੀ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਮੈਂ ਕੰਪਿਊਟਰ ਕਰਵਾਉਂਦੀ, ਇੱਦਾਂ MS ਵਰਡ, MS ਪਾਵਰ ਪੁਆਇੰਟ, ਇਹਦਾ ਪੇਂਟ ਵਗੈਰਾ ਕੁਛ ਸਾਰਾ ਕੁਛ ਇਹਦਾ ਕੰਪਿਊਟਰ 'ਤੇ ਕਰਵਾਉਂਦੇ ਅਸੀਂ। ਨਰਸਰੀ ਕਲਾਸ ਜਿੱਦਾਂ ਦਾ ਟੀਚਰ ਅਲੱਗ ਉਹਨਾਂ ਦੇ, ਜਿੱਦਾਂ ਉਹਨਾਂ ਦਾ ਇਹਦਾ ਸਿਲੇਬਸ ਵੀ ਅਲੱਗ ਵਾ, ਜਿੱਦਾਂ CLC ਦੇ ਉੱਪਰ ਕਰਵਾਉਂਦੇ ਆ, ਜਿੱਦਾਂ
1 2 ਹੋ ਗਿਆ ABC ਹੋ ਗਈ ਦੋ ਡਾਡਾ ਜੀ ਦਾ ਸਾਰਾ NCERT ਤੇ ਕਰਵਾਉਣ ਨੂੰ ਅੱਛਾ ਮੈਂ ਸਰਕਾਰੀ ਸਕੂਲਾਂ ਦੇ ਕੋਟੇ ਜਿਹੜੇ ਹੈ ਐਨਜੀ ਹੈਨੀ ਕੰਪਿਊਟਰ ਲੈਬ ਹਾਂਜੀ ਹਾਂਜੀ ਆ ਕੇ ਬੱਚਿਆਂ ਨੂੰ ਉਹ ਜੀ ਸਿੱਖਿਆ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਮਾਰ ਕਿਹੜਾ ਘਟ ਬੈਠ ਹੋਊਗਾ ਨਹੀਂ ਬੱਚਿਆਂ ਦਾ ਕਾਫੀ ਪਿੰਦਾ ਇਫੈਕਟ ਜਿੱਦਾਂ ਹੁਣ ਇੱਥੇ ਵਧੀਆ ਸਿਸਟਮ ਸਾਰਾ ਇਹਦਾ NCERTਆਂ ਵਾ ਕੰਪਿਊਟਰ ਜਾਂ ਸਰਕਾਰੀ ਸਕੂਲ 'ਚ ਚੀਜ਼ਾਂ ਨਹੀਂ ਪ੍ਰੋਵਾਈਡ ਕਰਵਾ ਸਕਦੇ ਇੱਦਾਂ ਇੱਥੇ ਨਰਸਰੀ ਤੋਂ ਪਲੱਸ 2 ਤੱਕ ਕਲਾਸਾਂ ਲੱਗਦੀਆਂ ਨੇ ਪਲੱਸ 1 2 'ਚ ਜਿਵੇਂ ਹਿਊਮੈਨਿਟੀ ਗਰੁੱਪ ਅਤੇ ਕਮਰਸ ਗਰੁੱਪ ਚੱਲ ਰਿਹਾ ਅਤੇ ਅਸੀਂ ਸੋਚ ਰਹੇ ਹਾਂ ਕਿ ਨੈਕਸਟ ਸੈਸ਼ਨ ਤੋਂ ਅਸੀਂ ਸਾਇੰਸ ਗਰੁੱਪ ਵੀ ਲੈ ਕੇ ਆਈਏ ਕਿਉਂਕਿ ਇਲਾਕੇ 'ਚ ਕਾਫੀ ਕਮੀ ਮਹਿਸੂਸ ਹੋ ਰਹੀ ਸਾਨੂੰ ਸਾਇੰਸ ਗਰੁੱਪ ਦੇ ਨਾਲ ਥੋੜ੍ਹਾ ਬੱਚਿਆਂ ਨੂੰ ਸੌਖਾ ਹੋ ਜੂ ਕਿਉਂਕਿ ਪਿੰਡਾਂ ਦੇ ਬੱਚਿਆਂ ਨੂੰ ਦੂਰ ਤੱਕ ਜਾਣਾ ਔਖਾ ਹੁੰਦਾ ਵੀ ਸਾਡੇ ਨੇੜੇ ਤੇੜੇ ਨਹੀਂ ਹੈਗਾ ਕੋਈ ਸਾਇੰਸ ਗਰੁੱਪ ਵਾਲਾ ਸਕੂਲ ਅਤੇ ਗੌਰਮੈਂਟ ਸਕੂਲ ਇੱਥੇ ਨੇੜੇ ਹੈ ਤਾਂ 2 ਕੁ ਕਿਲੋਮੀਟਰ 'ਤੇ ਪਰ ਜਿਵੇਂ ਤੁਹਾਨੂੰ ਪਤਾ ਕਿ ਗੌਰਮੈਂਟ ਸਕੂਲ ਦੇ ਵਿੱਚ ਸਟਾਫ ਦੀ ਬਹੁਤ ਕਮੀ ਹੁੰਦੀ ਆ ਇੱਥੇ ਤਾਂ ਚਲੋ ਸਾਨੂੰ ਕੋਈ ਇੱਦਾਂ ਦੀ ਦਿੱਕਤ ਨਹੀਂ ਸਾਨੂੰ ਕਿਹੜਾ ਸਰਕਾਰ ਨੇ ਸਟਾਫ ਦੇਣਾ ਸਾਡੇ ਤਾਂ ਇਸ ਤਾਂ ਬਾਬਾ ਜੀ ਨੂੰ ਕਹਿਣਾ ਜਿਹੜਾ ਗਰੁੱਪ ਲਿਆਂਦਾ ਉਹਦੇ ਲਈ ਅਸੀਂ ਅਪਾਇੰਟਮੈਂਟ ਉਹ ਪਹਿਲਾਂ ਕਰਦੇ ਉਹਨਾਂ ਦੀ ਸਟਾਫ ਦੀ ਸਟਾਫ ਪੂਰਾ ਹੋਊਗਾ ਫਿਰ ਉਹਦੇ ਨਾਲ ਇਲਾਕੇ ਦੇ ਲੋਕਾਂ ਨੂੰ ਥੋੜ੍ਹੀ ਸਮੱਸਿਆ ਘੱਟ ਹੋਊ ਹੁਣ ਸਕੂਲ ਦੇ ਸੰਚਾਲਕ ਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੇ ਸਹਿਯੋਗ ਨਾਲ ਸਮਾਰਟ ਸਕੂਲ ਨੂੰ ਕਿਵੇਂ ਪੂਰਾ ਕੀਤਾ ਉਹ ਵੀ ਤੁਸੀਂ ਸੁਣ ਲਓ ਸੀਚੇਵਾਲ ਦੇ ਵਿੱਚ ਸਮਾਰਟ ਸਕੂਲ ਖੋਲ੍ਹਣ ਦਾ ਸਾਰਾ ਸਿਹਰਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹੋਣਾ ਦੇ ਸਿਰ ਮੜਿਆ ਜਾਂਦਾ ਹੈ ਕਿਉਂਕਿ ਇਹਨਾਂ ਨੇ ਪਿਛਲੇ ਲੰਬੇ ਸਮੇਂ ਦੇ ਵਿੱਚ ਜਿਹੜੀ ਆ ਮਿਹਨਤ ਕੀਤੀ ਪਿੰਡ ਪਿੰਡ ਜਾ ਕੇ ਪੈਸਾ ਇਕੱਠਾ ਕੀਤਾ ਅਤੇ ਗਰੀਬ ਨਿਆਣੇ ਜਿਹੜੇ ਆ ਇੱਥੇ ਪੜ੍ਹਾ ਰਹੇ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਤੁਸੀਂ ਵਧਾਈ ਦੇ ਪਾਤਰ ਹੋ ਕਿ ਐਡਾ ਸੋਹਣਾ ਸਕੂਲ ਤੁਸੀਂ ਇਸ ਪਿੰਡ ਦੇ ਵਿੱਚ ਬਣਾਇਆ ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਦਾ ਅਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕਰਕੇ ਸਕੂਲ ਦੇ ਵਿੱਚ ਇਹ ਛਪਾ ਕਿੰਨੇ ਕੁ ਚਿਰ ਤੋਂ ਕੰਮ ਚੱਲ ਰਿਹਾ ਸੀ ਇਸ ਸਕੂਲ ਦਾ ਅਤੇ ਕਿੱਥੋਂ ਆਈਡੀਆ ਆਇਆ ਸੀਗਾ ਇਹ 3 ਕੁ ਸਾਲ ਪਹਿਲਾਂ ਕਿਉਂਕਿ ਸਕੂਲ ਕਾਲਜ ਅਤੇ ਸੀਚੇਵਾਲ ਵਿੱਚ ਪਹਿਲਾਂ ਹੀ ਚੱਲ ਰਿਹਾ ਸੀ ਇਹ ਨਰਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ ਪਰ ਉਹ ਬਿਲਡਿੰਗ ਇਕੱਠੀ ਸੀ ਹੁਣ ਇਹ ਸਕੂਲ ਦੀ ਬਿਲਡਿੰਗ ਵੱਖਰੀ ਕਰ ਦਿੱਤੀ ਆ ਅਤੇ ਕਾਲਜ ਵੱਖਰਾ ਹੋ ਗਿਆ ਸੋ ਇਹ 3 ਸਾਲ ਤੋਂ ਇਹ ਤਿਆਰ ਹੋ ਰਿਹਾ ਸੀਗਾ ਅਤੇ 2 ਫਰਵਰੀ ਨੂੰ ਇਹਦਾ ਜਿਹੜਾ ਹੈ ਉਦਘਾਟਨ ਹੋਇਆ ਅਤੇ ਹਜੇ ਵੀ ਥੋੜ੍ਹਾ ਬਹੁਤਾ ਕੰਮ ਰਹਿੰਦਾ ਮਿਸਤਰੀ ਲੱਗੇ ਹੋਏ ਆ ਅਤੇ ਐਤਕੀ ਜਿਹੜਾ ਸੈਸ਼ਨ ਤੋਂ ਇਹ ਪੂਰਾ ਕੰਮ ਕਰਨ ਲੱਗ ਪਊਗਾ ਕਿੰਨੀ ਤੱਕ ਇਹ ਸਕੂਲ ਹੈਗਾ ਜੀ ਇਹ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਅੱਛਾ ਅਤੇ ਇਹਦੇ ਵਿੱਚ ਬੱਚੇ ਜਿਹੜੇ ਨੇ ਸਮਾਰਟ ਕਲਾਸਾਂ ਜਿਹੜੀਆਂ ਲਗਾ ਰਹੇ ਆ ਕੋਈ ਫੀਸ ਵੀ ਰੱਖੀ ਗਈ ਆ ਇਹਨਾਂ ਦੀ ਨਹੀਂ ਕੋਈ ਫੀਸ ਨਹੀਂ ਜਿਹੜਾ ਦੇ ਸਕਦਾ ਉਹਦੇ ਕੋਲ ਲੈਂਦੇ ਹਾਂ ਵੈਸੇ ਫੀਸ ਰੱਖੀ ਹੋਈ ਆ ਪਰ ਜਿਹੜਾ ਨਹੀਂ ਹੈ ਗਰੀਬ ਦੇ ਹੈਗਾ ਜਾਂ ਗਰੀਬਾਂ ਦੇ ਬੱਚੇ ਉਹਨਾਂ ਨੂੰ ਅਸੀਂ ਮਾਫ਼ ਕਰ ਦਿੰਦੇ ਉਹਨਾਂ ਦਾ ਇਹ ਬਿਲਡਿੰਗ ਬਣਾਉਣ ਦਾ ਖਰਚਾ ਵੀ ਬਹੁਤ ਆਇਆ ਹੋਊਗਾ ਫਿਰ ਪਿੰਡ ਪਿੰਡ ਜਾ ਕੇ ਹੀ ਇਹ ਸਭ ਕੁਝ ਇਕੱਠਾ ਕੀਤਾ ਕਿਉਂਕਿ ਅਸੀਂ ਤਕਰੀਬਨ 8 ਪਿੰਡਾਂ ਦੇ ਵਿੱਚ ਸਾਡੇ ਲੱਤ 'ਤੇ ਸੱਟ ਵੀ ਵੱਜੀ ਸੀ ਸਾਈਕਲ 'ਤੇ ਜਾ ਕੇ ਜਿਹਨੇ ਕੋਈ ਜ਼ਿਆਦਾ ਦਿੱਤੇ ਲੱਖਾਂ 'ਚ ਦਿੱਤੇ ਕਿਸੇ ਨੇ 50 ਦਿੱਤੇ ਕਿਸੇ ਨੇ 5 ਦਿੱਤੇ ਕਿਸੇ ਨੇ 20 ਦਿੱਤੇ ਅਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਵਾਲਮੀਕ ਭਾਈਚਾਰਾ ਉਹਨਾਂ ਦੇ ਵਿਹੜੇ ਵਿੱਚ ਜਾਂਦੇ ਸੀ ਅਤੇ ਖੁਸ਼ੀ ਹੁੰਦੀ ਸੀ ਜਦੋਂ ਕੋਈ 50 ਰੁਪਈਏ ਲੈ ਕੇ ਕੋਈ 100 ਰੁਪਈਏ ਲੈ ਕੇ ਕੋਈ 200 ਰੁਪਈਏ ਲੈ ਕੇ ਕੋਈ 500 ਰੁਪਈਏ ਲੈ ਕੇ ਇਉਂ ਸੀ ਕਿ ਉਹਨਾਂ ਨੂੰ ਚਾਹ ਸੀਗਾ ਕਿ ਅਸੀਂ ਇਹਦੇ ਵਿੱਚ ਯੋਗਦਾਨ ਪਾ ਰਹੇ ਹਾਂ ਸਾਨੂੰ ਉਹ ਉਸਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਲੋਕ ਜਿਹੜੇ ਹੈਗੇ ਆ ਇਹ ਐਜੂਕੇਸ਼ਨ ਨੂੰ ਹੁਣ ਚਾਹੁਣ ਲੱਗ ਪਏ ਅੱਛਾ ਸਿੱਖਿਆ ਸਕੱਤਰ ਹੋਣਾ ਨੇ ਇਹਦਾ ਉਦਘਾਟਨ ਕੀਤਾ ਕੋਈ ਸਿੱਖਿਆ ਉਹਨਾਂ ਨੂੰ ਮਿਲੀ ਹੈ ਇਸ ਸਕੂਲ ਤੋਂ ਕਿਉਂਕਿ ਸਰਕਾਰੀ ਸਕੂਲਾਂ ਦੇ ਉੱਪਰ ਦਾਅਵਾ ਕੀਤਾ ਜਾਂਦਾ ਅਤੇ ਠੰਡ ਵੀ ਪੂਰੀ ਲੰਘੀ ਹੋ ਜਾਈਏ ਤਾਂ ਉਹਨਾਂ ਸਕੂਲਾਂ ਦੇ ਵਿੱਚ ਵਰਦੀਆਂ ਵੀ ਨਹੀਂ ਪਹੁੰਚੀਆਂ ਉਹਨਾਂ ਇੱਥੇ ਆ ਕੇ ਕੋਈ ਸਿੱਖਿਆ ਜਾਂ ਕੁਝ ਸੁਝਾਅ ਦਿੱਤਾ ਹੋਵੇ ਤੁਹਾਨੂੰ ਨਹੀਂ ਉਸ ਦਿਨ ਥੋੜ੍ਹਾ 2 ਘੰਟੇ ਲੇਟ ਹੋ ਗਿਆ ਸੀ ਕਿਉਂਕਿ ਉਹਨਾਂ ਦਾ ਹੋਰ ਕਿਤੇ ਉਦਘਾਟਨ ਸੀ ਸਕੂਲ ਦਾ ਅਤੇ ਫਿਰ ਜਦੋਂ ਉਹਨਾਂ ਨੂੰ ਅਸੀਂ ਸਾਰੀਆਂ ਗੱਲਾਂ ਕੀਤੀਆਂ ਕਿ ਕੀ ਹੈਗਾ ਸਾਨੂੰ ਕੀ ਲੋੜ ਆ ਅਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਕਲਾਸ ਦਿਖਾਲੀ ਅਤੇ ਜਦੋਂ ਕਲਾਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਬੱਚੇ ਜਿਹੜੀ ਹੈਗੀ ਆ ਪੜ੍ਹ ਰਹੇ ਸੀ ਸਕਰੀਨ ਦੇ ਉੱਤੇ ਅਤੇ ਉਹ ਦੇਖਿਆ ਕਿ ਜਿਸ ਤਰ੍ਹਾਂ ਹੁਣ ਆਪਾਂ ਬੱਚਿਆਂ ਨੂੰ ਅੱਗੇ ਕੁੱਟ ਕੇ ਪੜ੍ਹਾਉਂਦੇ ਸੀ ਕਹਿੰਦੇ ਧਿਆਨ ਕਰੋ ਜਦੋਂ ਸਕਰੀਨ 'ਤੇ ਪੜ੍ਹਦੇ ਆ ਉਹ ਤਾਂ ਧਿਆਨ ਚੱਕਦੇ ਹੀ ਨਹੀਂ ਅਤੇ ਫਿਰ ਉਹਨਾਂ ਨੂੰ ਪੁੱਛਿਆ ਕਹਿੰਦੇ ਬਾਬਾ ਜੀ ਟੀਚਰਾਂ ਨੂੰ ਵੀ ਇਹ ਕਿੱਥੋਂ ਲਿਆ ਤੁਸੀਂ ਆ ਜਿਹੜਾ ਹੈਗਾ ਜੋ ਪੜ੍ਹਾ ਰਹੇ ਬੱਚਿਆਂ ਨੂੰ ਅਤੇ ਕਹਿੰਦੇ ਵੀ ਅਸੀਂ ਤਾਂ ਲਿਆ ਹੈਗਾ ਗੂਗਲ ਤੋਂ ਅਤੇ ਉਹਨਾਂ ਨੇ ਜਿਹੜੇ ਨਾਲ ਸੀਗੇ ਉਹਨਾਂ ਨੂੰ ਕਿਹਾ ਵੀ ਜਦ ਇਹ ਲੈ ਸਕਦੇ ਤਾਂ ਤੁਸੀਂ ਨਹੀਂ ਲੈ ਸਕਦੇ ਸੋ ਕਹਿੰਦੇ ਵੀ ਤੁਸੀਂ ਜਿਹੜੀ ਹੈਗੀ ਹੈ ਇਹ ਚੀਜ਼ ਬਹੁਤ ਬਹੁਤ ਖੁਸ਼ ਹੋਏ ਕਹਿੰਦੇ ਅਤੇ ਤਕਰੀਬਨ ਇੱਥੇ 2-2.5 ਘੰਟੇ ਉਹਨਾਂ ਨੇ 3 ਘੰਟੇ ਇੱਥੇ ਗੁਜ਼ਾਰੇ ਫਿਰ ਸਾਰਾ ਉਹਨਾਂ ਨੂੰ ਦਿਖਾ ਲਿਆ ਅਤੇ ਨਰਸਰੀ ਦੇਖੀ ਰੇਡੀਓ 'ਤੇ ਗਏ ਨਾਨਖੱਡ ਦੇਖੀ ਸਾਰਾ ਉਹਨਾਂ ਨੂੰ ਦੇਖ ਕੇ ਬੜਾ ਖੁਸ਼ ਹੋਇਆ ਇਸ ਸਕੂਲ ਦੀ ਕੀ ਖਾਸੀਅਤ ਕੀ ਆ ਸਮਾਰਟ ਕਲਾਸਾਂ ਤਾਂ ਅਸੀਂ ਦੇਖ ਲਈਆਂ ਕਿ ਸਮਾਰਟ ਕਲਾਸਾਂ ਆ ਵਿੱਚ LCD ਲੱਗੀ ਹੋਈ ਆ ਲੈਬ ਬੜੀ ਸੋਹਣੀ ਬਣਾਈ ਆ ਤੁਸੀਂ ਹੋਰ ਕਿਹੜੀਆਂ ਖਾਸ ਗੱਲਾਂ ਖਾਸ ਇਹ ਹੈ ਕਿ ਸਾਡਾ ਆਮ ਸਕੂਲ ਊੜੇ ਤੋਂ ਸ਼ੁਰੂ ਹੁੰਦੇ ਆ ਸਾਡਾ AK ਤੋਂ ਸ਼ੁਰੂ ਹੁੰਦਾ ਗੁਰਬਾਣੀ ਅਸੀਂ ਪਹਿਲਾਂ ਪੜ੍ਹਾਉਂਦੇ ਹਾਂ 1 ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਬਾਣੀ ਤੋਂ ਸ਼ੁਰੂ ਹੁੰਦਾ
ਹਰ ਬੱਚੇ ਨੂੰ ਇੱਕ ਪਹਿਲੀ ਕਲਾਸ ਗੁਰਬਾਣੀ ਦੀ ਅਸੀਂ ਲਾਉਂਦੇ ਹਾਂ, ਉਸ ਤੋਂ ਮਗਰੋਂ ਪੜ੍ਹਾਈ ਸ਼ੁਰੂ ਹੁੰਦੀ ਹੈ। ਫਿਰ ਇੱਥੇ ਜਿਹੜੇ ਹੈਗੇ ਆ ਗੱਤਕੇ ਦਾ ਅਖਾੜਾ ਹੈਗਾ, ਰੈਸਲਿੰਗ ਦਾ ਅਖਾੜਾ, ਫਿਰ ਹਾਕੀ ਔਰ ਐਸਟ੍ਰੋਟਰਫ ਲੱਗੀ ਹੋਈ ਹੈ, ਉਹਦੇ ਨਾਲ ਜਿਹੜੀ ਹੈਗੀ ਆ ਆਪਣੀ ਰਸਾਕਸ਼ੀ ਦਾ ਹੈ, ਫਿਰ ਦੂਸਰੀਆਂ ਗੇਮਾਂ ਵਾਲੀਬਾਲ, ਹਰ ਤਰ੍ਹਾਂ ਦੀਆਂ ਗੇਮਾਂ ਸਾਡੇ ਕੋਲ ਆ। ਸਾਡੀ ਕੋਸ਼ ਕੋਚ ਰੱਖੇ ਹੋਏ ਆ ਅਤੇ ਵੀ ਪ੍ਰਾਇਮਰੀ ਤੋਂ ਅਸੀਂ ਇਹਨਾਂ ਨੂੰ ਗੇਮਾਂ ਦੇ ਵਿੱਚ ਪਾਈਏ ਅਤੇ ਜਿਹੜੇ ਬੱਚੇ ਸਾਡੇ ਹੈਲਦੀ ਵੀ ਹੋਣ ਅਤੇ ਸਮਾਰਟ ਵੀ ਹੋਣ। ਧੰਨਵਾਦ ਬਾਬਾ ਜੀ, ਬੜਾ ਵਧੀਆ ਉਪਰਾਲਾ ਚੱਲ ਰਿਹਾ ਕਿਉਂਕਿ ਬੱਚੇ ਜਿਹੜੇ ਪੜ੍ਹਾਈ ਤੋਂ ਵਾਂਝੇ ਹੋ ਰਹੇ ਆ ਅਤੇ ਤੁਸੀਂ ਇਹ ਉਪਰਾਲਾ ਕੀਤਾ, ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ। ਅਤੇ ਜੋ ਸੀਚੇਵਾਲ ਦੇ ਵਿੱਚ ਇਹ ਸਕੂਲ ਖੁੱਲ੍ਹਾ ਆ ਸਮਾਰਟ ਸਕੂਲ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਿਤੇ ਕਿਤੇ ਹੀ ਅਜਿਹੇ ਸਕੂਲ ਮਿਲਦੇ ਆ ਅਤੇ ਸਰਕਾਰਾਂ ਦੇ ਵੱਲੋਂ ਦਾਅਵੇ ਵੀ ਕੀਤੇ ਜਾਂਦੇ ਆ ਕਿ ਅਸੀਂ ਸਰਕਾਰੀ ਸਕੂਲ ਬਣਾ ਕੇ ਅਤੇ ਉਹਨਾਂ ਦੇ ਉੱਪਰ ਖੁੱਲ੍ਹਾ ਪੈਸਾ ਲਗਾ ਰਹੇ ਹਾਂ, ਪਰ ਉਹਨਾਂ ਸਰਕਾਰੀ ਸਕੂਲਾਂ ਦੀ ਹਾਲਾਤ ਜਿਹੜੇ ਆ ਤੁਸੀਂ ਆਪ ਦੇਖੇ ਹੋਣਗੇ, ਜਿਨ੍ਹਾਂ ਦੇ ਵਿੱਚ ਅਜੇ ਠੰਡ ਜਿਹੜੀ ਆ ਹੁਣ ਪੂਰੀ ਲੰਘ ਚੁੱਕੀ ਹੈ, ਕਈ ਸਕੂਲਾਂ ਦੇ ਵਿੱਚ ਤਾਂ ਵਰਦੀਆਂ ਤੱਕ ਨਹੀਂ ਪਹੁੰਚੀਆਂ, ਇਹ ਦਾਅਵੇ ਵੱਡੇ ਵੱਡੇ ਸਰਕਾਰ ਜਿਹੜੀ ਆ ਕਰਦੀ ਆ, ਪਰ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਨੇ ਇੱਥੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਜਿਹੜਾ ਸਮਾਰਟ ਸਕੂਲ ਇੱਥੇ ਖੋਲ੍ਹਿਆ ਬੱਚਿਆਂ ਦੇ ਲਈ ਅਤੇ ਉਹ ਸਕੂਲ ਜਿਹੜਾ ਆ ਫੀਸ ਤੋਂ ਰਹਿਤ ਹੈ, ਜਿਹੜਾ ਬੱਚਾ ਨਹੀਂ ਦੇ ਸਕਦਾ ਉਹ ਪੜ੍ਹਾਈ ਇੱਥੇ ਫ੍ਰੀ ਕਰ ਸਕਦਾ ਹੈ। ਕੈਮਰਾਮੈਨ ਰਵੀ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਪਿੰਡ ਸੀਚੇਵਾਲ।